ਚਲਦੀ ਗੱਡੀ ਦੀ ਛੱਤ ਤੇ ਬੈਠ ਕੇ ਮੁੰਡੇ ਮਾਰਦੇ ਸੀ ਸੜਕ ਤੇ ਗੇੜੀਆਂ, ਤਾਂ ਹੁਣ ਜਦੋਂ ਪੁਲਿਸ ਆਪਣੀ ਆਈ ਤੇ ਆਈ ਤਾਂ ਫੜ ਕੇ ਗੱਡੀ ਨੂੰ ਹੀ ਕਰ ਲਿਆ ਜ਼ਬਤ ਤੇ ਮੁੰਡਿਆਂ ਤੇ ਕਰਨ ਲੱਗੀ ਹੈ ਕਾਰਵਾਈ। ਜੇ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇੱਕ ਕਾਲੇ ਰੰਗ ਦੀ ਕਾਰ ਦੇ ਉੱਪਰ ਦੋ ਮੁੰਡੇ ਬੈਠੇ ਦਿਖਾਈ ਦੇ ਰਹੇ ਸੀ। ਹਾਲਾਂਕਿ ਪੁਲ ਦੇ ਉੱਪਰ ਜਦੋਂ ਇਹ ਗੱਡੀ ਜਾ ਰਹੀ ਸੀ ਤਾਂ ਗੱਡੀ ਦੀ ਸਪੀਡ ਵੀ ਕਾਫੀ ਜ਼ਿਆਦਾ ਤੇਜ਼ ਸੀ, ਜਿੱਥੇ ਇਹਨਾਂ ਮੁੰਡਿਆਂ ਦੇ ਵੱਲੋਂ ਹੁੱਲੜਬਾਜ਼ਾਂ ਦੇ ਵੱਲੋਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਗਿਆ, ਉੱਥੇ ਹੀ ਕਈਆਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਦਿੱਤਾ। ਤੇ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਪੁਲਿਸ ਹਰਕਤ ਦੇ ਵਿੱਚ ਆਈ, ਜਿਸ ਤੋਂ ਬਾਅਦ ਇਹਨਾਂ ਨੂੰ 48 ਘੰਟਿਆਂ ਦੇ ਅੰਦਰ ਹੀ ਟ੍ਰੇਸ ਕਰਕੇ ਇਹਨਾਂ ਦਾ ਮੋਟਾ ਚਲਾਨ ਕੀਤਾ ਗਿਆ ਤੇ ਨਾਲ ਹੀ ਗੱਡੀ ਨੂੰ ਵੀ ਬੌਂਡ ਕਰ ਦਿੱਤਾ ਗਿਆ। ਤਾਂ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਹਿਲਾਂ ਤਾਂ ਕੁਝ ਹੁੱਲੜਬਾਜ਼ਾਂ ਦੇ ਵੱਲੋਂ ਗੱਡੀ 'ਚ ਆਵਾਜ਼ ਉੱਚੀ ਕਰਕੇ ਗੱਡੀ ਦਾ ਸਨਰੂਫ ਖੋਲ੍ਹ ਕੇ ਦੋ ਮੁੰਡੇ ਬੈਠੇ ਦਿਖਾਈ ਦੇ ਰਹੇ ਸੀ। ਪੁਲ ਦੇ ਉੱਪਰ ਜਿਵੇਂ ਇਹ ਗੱਡੀ ਨਿਕਲੀ ਤਾਂ ਸਪੀਡ ਇਸ ਦੀ ਕਾਫੀ ਜ਼ਿਆਦਾ ਤੇਜ਼ ਸੀ, ਅਤੇ ਜਿੱਥੇ ਇਹਨਾਂ ਨੇ ਆਪਣੀ ਜਾਨ ਨੂੰ ਖਤਰੇ 'ਚ ਪਾਇਆ ਉੱਥੇ ਹੀ ਹੋਰਾਂ ਦੀ ਜਾਨ ਨੂੰ ਵੀ ਇਹਨਾਂ ਨੇ ਜੋਖਮ ਦੇ ਵਿੱਚ ਪਾਇਆ। ਤੇ ਵੀਡੀਓ ਕਿਸੇ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ ਤੇ ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਹਰਕਤ ਦੇ ਵਿੱਚ ਆਈ ਤੇ ਇਸ ਗੱਡੀ ਦਾ ਮੋਟਾ ਚਲਾਨ ਕਰ ਦਿੱਤਾ, ਤੇ ਨਾਲ ਹੀ ਪੁਲਿਸ ਨੇ ਸਖਤ ਸ਼ਬਦਾਂ ਦੇ ਵਿੱਚ ਹੁੱਲੜਬਾਜ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਹੀਂ ਸੁਧਰੇ ਤਾਂ ਪੁਲਿਸ ਨੂੰ ਸੁਧਾਰਨੇ ਆਉਂਦੇ ਨੇ। ਬੀਤੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੁੰਦਾ ਹੈ ਜਿਸ ਵਿੱਚ ਇੱਕ ਕਰੇਟਾ ਗੱਡੀ ਉੱਤੇ ਕੁਝ ਨੌਜਵਾਨ ਬੈਠ ਕੇ ਹੁੱਲੜਬਾਜ਼ੀ ਕਰਦੇ ਹੋਏ ਦਿਖਾਈ ਦਿੱਤੇ ਨੇ, ਅਤੇ ਉਸੇ ਦੇ ਮੱਦੇਨਜ਼ਰ ਜਦ ਇਹ ਵੀਡੀਓ ਵਾਇਰਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਦਸੂਹਾ ਪੁਲਿਸ ਵੀ ਐਕਸ਼ਨ 'ਚ ਆਉਂਦੀ ਹੈ ਅਤੇ ਉਸ ਗੱਡੀ ਨੂੰ ਟਰੇਸ ਕਰਕੇ ਪਕੜ ਲਿਆ ਜਾਂਦਾ ਔਰ ਬੌਂਡ ਕੀਤਾ ਜਾਂਦਾ। ਸਾਡੇ ਨਾਲ ਇਸ ਵਕਤ SHO ਹਰਪ੍ਰੇਮ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਕੀ ਮਾਮਲਾ ਸੀਗਾ ਔਰ ਕਦੋਂ ਇਹ ਗੱਡੀ ਕਿੱਥੋਂ ਲੈ ਕੇ ਆਏ? ਇਹ ਜੀ, ਮਿਤੀ 2 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਮਿਆਣੀ ਰੋਡ 'ਤੇ, ਇੱਕ ਕਰੇਟਾ ਗੱਡੀ ਜਿਹਦਾ ਨੰਬਰ HP 97 8700, ਉਹਦੇ 'ਚ ਕੁਛ ਹੁੱਲੜਬਾਜ਼ ਗੱਡੀ ਦੇ ਵਿੱਚ ਹੁੱਲੜਬਾਜ਼ੀ ਕਰਦੇ ਸਾਨੂੰ ਵੀਡੀਓ ਆਏ ਸੀ, ਜਿਸ ਸੰਬੰਧੀ ਮਤਲਬ ਵੀ ਇਹ ਜਿਹੜਾ ਆਮ ਪਬਲਿਕ 'ਤੇ ਵੀ ਮਾੜਾ ਅਸਰ ਪਿਆ, ਅਤੇ ਉਸ ਸੰਬੰਧੀ ਪੁਲਿਸ ਪੂਰੀ ਆਪਣੇ ਐਕਸ਼ਨ 'ਚ ਆਉਂਦੀ ਹੋਈ ਇਹ ਗੱਡੀ ਨੂੰ ਫਿਰ ਅੱਜ ਅਸੀਂ ਕਵਰ ਰਾਊਂਡ ਅਪ ਕਰ ਲਿਆ ਸੀ ਅਤੇ ਇਹਦੇ ਨੂੰ ਬਾਉਂਡ ਕੀਤਾ ਹੋਇਆ। ਬਾਕੀ ਜਿਹੜੇ ਗੱਡੀ ਦੇ ਜਿਹੜੇ ਚਾਲਕ ਸੀ ਜਿਨ੍ਹਾਂ ਨੇ ਹੁੱਲੜਬਾਜ਼ੀ ਕੀਤੀ ਹੈ, ਅਸੀਂ ਉਹਨਾਂ 'ਤੇ ਵੀ ਐਜ਼ ਪਰ ਜੋ ਲਾਅ ਹੈਗਾ ਐਕਸ਼ਨ ਲੈ ਰਹੇ ਹੈਗੇ ਹਾਂ। ਸਰ, ਅੱਗੇ ਵੀ ਦੇਖਿਆ ਗਿਆ ਕਈ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੁੰਦੇ ਆਏ ਨੇ ਕਿ ਲੋਕ ਹੁੱਲੜਬਾਜ਼ੀ ਕਰਦੇ ਨੇ, ਅਤੇ ਇੱਕ ਪਹਿਲਾਂ ਵੀ ਮਾਮਲਾ ਜਿਹੜਾ ਇੱਕ ਥਾਰ ਗੱਡੀ ਦਾ ਵੀ ਇਸੇ ਤਰ੍ਹਾਂ ਆਇਆ ਸੀਗਾ, ਜਿਸ ਤਰ੍ਹਾਂ ਤੁਸੀਂ ਹੁਣ ਇਹ ਗੱਡੀ ਪਕੜ ਕੇ ਅੱਜ ਬੌਂਡ ਕੀਤੀ ਹੈ, ਇੱਕ ਲੈਸਨ ਦਿੱਤਾ ਆ, ਇਹੀ ਮਾਮਲਾ ਪਹਿਲਾਂ ਵੀ ਇੱਕ ਆਇਆ ਸੀਗਾ, ਅਤੇ ਹੋਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦਿਓਗੇ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਜਿਹੜੇ ਨੌਜਵਾਨ ਅੱਜ ਕੱਲ੍ਹ ਇਸ ਤਰ੍ਹਾਂ ਦੇ ਕੰਮ ਜਿਹੜੇ ਗਲਤੀ ਕਰ ਬੈਂਦੇ ਨੇ? ਦੇਖੋ ਜੀ, ਮੈਂ ਨੌਜਵਾਨ ਭਰਾਵਾਂ ਨੂੰ ਇਹੀ ਮਤਲਬ ਅਪੀਲ ਵੀ ਕਰਾਂਗਾ ਕਿ ਮਤਲਬ ਸਾਡੇ ਹੀ ਭਰਾ ਨੇ, ਪਰ ਪਤਾ ਨਹੀਂ ਕਿਉਂ ਆਪਣੀ ਹੁੱਲੜਬਾਜ਼ੀ ਦੇ ਵਿੱਚ ਜਾਂ ਕਿਸੇ ਗਲਤ ਆਪਣੇ ਜਿਹੜੇ ਅਨਸਰਾਂ ਦੇ ਮਗਰ ਲੱਗ ਕੇ ਤਾਂ ਇਸ ਤਰੀਕੇ ਦੇ ਜਿਹੜੀਆਂ ਸ਼ਰਾਰਤੀ ਐਕਟ ਕਰਦੇ ਹਨ, ਅਤੇ ਮੈਂ ਉਹਨਾਂ ਨੂੰ ਦੇਖੋ ਅਪੀਲ ਤਾਂ ਕੀਤੀ ਹੈਗੀ ਆ, ਹੁਣ ਮੈਂ ਉਹਨਾਂ ਨੂੰ ਸਖਤ ਚੇਤਾਵਨੀ ਦਿੰਦਾ ਹੈਗਾ ਕਿ ਜਿਸ ਤਰੀਕੇ ਦੇ ਕੋਈ ਵੀ ਇੱਦਾਂ ਦੇ ਸ਼ਰਾਰਤੀ ਅਨਸਰ ਇਸ ਤਰੀਕੇ ਦੀ ਕਾਰਵਾਈ ਕਰਨਗੇ ਤਾਂ ਉਹਨਾਂ ਦੇ ਖਿਲਾਫ਼ ਪੁਲਿਸ ਵੱਲੋਂ ਜਿੰਨੀ ਸਖਤੀ ਨਾਲ ਕਾਰਵਾਈ ਮਿਲ ਲਿਆਂਦੀ ਹੈਗੀ ਕੀਤੀ ਜਾਵੇਗੀ। ਸਰ, ਇੱਕ ਲਾਸਟ ਮੇਰਾ ਸਵਾਲ ਇਹ ਹੈ ਕਿ ਕਿੰਨੇ ਕੁ ਬੰਦੇ ਇਹਨਾਂ 'ਚ ਤੁਸੀਂ ਵਿੱਚ ਮੈਂਸ਼ਨ ਕੀਤੇ ਹੋਏ ਆ ਕਿ ਔਰ ਕਿਹੜੀ ਕਿਹੜੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ? ਦੇਖੋ ਜੀ, ਫਿਲਹਾਲ ਇੱਦਾਂ ਵੀ ਜਿਹੜੇ ਇਹਦੇ ਬੰਦੇ ਹੈਗੇ ਆ ਉਹਦੇ 'ਚ ਅਸੀਂ 2 ਰਾਊਂਡ ਅਪ ਕੀਤੇ ਹੈਗੇ, ਬਾਕੀ ਫਿਲਹਾਲ ਹੋਰ ਇਹਨਾਂ ਨਾਲ ਕਿਹੜੇ ਜੁੜੇ ਹੋਏ ਸੀ ਉਹ ਵੀ ਇਹਨਾਂ ਬਾਰੇ ਪਤਾ ਕਰ ਰਹੇ ਹਾਂ। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇਹ ਸਨ SHO ਹਰਪ੍ਰੇਮ ਸਿੰਘ ਥਾਣਾ ਦਸੂਹਾ ਤੋਂ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁੱਲੜਬਾਜ਼ੀ ਕਿਸੇ ਵੀ ਕੀਮਤ 'ਤੇ ਦਸੂਹਾ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਤਾਂ ਉੱਥੇ ਹੀ ਉਹਨਾਂ ਨੇ ਨੌਜਵਾਨਾਂ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਨੌਜਵਾਨ ਵੀ ਇਸ ਤਰ੍ਹਾਂ ਜੋ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਫੇਮ ਖੱਟਣ ਵਾਸਤੇ ਵਾਇਰਲ ਕਰਦੇ ਨੇ ਅਤੇ ਉਹ ਇਸ ਤੋਂ ਬਚਣ, ਕਿਉਂਕਿ ਕਾਨੂੰਨ ਜਿਹੜਾ ਆ ਉਸ ਦੀ ਪਾਲਣਾ ਹਰ ਇਨਸਾਨ ਨੂੰ ਕਰਨੀ ਬਹੁਤ ਜ਼ਰੂਰੀ ਹੈ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।